ਸਤਿ ਸ਼੍ਰੀ ਅਕਾਲ ਸਾਰੇ ਹੀ ਦੋਸਤਾਂ ਨੂੰ। ਦੋਸਤੋ, ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਆਪਣੇ ਫਾਰਮ ਦੀ ਗਾਂ ਗੀ, ਜਿਹੜੀ ਕਿ ਸੂਣ ਦੇ ਬਿਲਕੁਲ ਨਜ਼ਦੀਕ ਹੈ। ਬਸ ਕੱਲ੍ਹ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ। ਇਹ ABS ਇੰਡਾਈਵਰਬਲ ਦੀ ਗਾਂ ਗੀ, ਇਹਨੇ ਹੁਣ ਸੈਕਿੰਡ ਲੈਕਟੇਸ਼ਨ ਬੱਚਾ ਦੇਣਾ। ਇਹਦਾ ਫਸਟ ਲੈਕਟੇਸ਼ਨ ਦਾ ਰਿਕਾਰਡ 30 ਕਿਲੋ ਦਾ ਸੀ। ਉਮੀਦ ਹੈ ਵੀ ਐਤਕੀ 37-38 ਲੀਟਰ 'ਤੇ ਤਾਂ ਵੀ ਜਾਊਗੀ। ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਗਾਂ ਕਿਵੇਂ ਲੱਗੀ। ਤਿਆਰੀ ਤਾਂ ਬਹੁਤ ਵਧੀਆ, ਆਰਡਰ ਵੀ ਬਿਲਕੁਲ ਕੰਪੈਕਟ ਆਰਡਰ ਹੈ ਇਹਦਾ, ਕਿਤੋਂ ਕੋਈ ਲੂਜ਼ ਨਹੀਂ ਆਰਡਰ। ਆਰਡਰ ਵਧੀਆ ਕੰਪੈਕਟ ਹੀ ਚਾਹੀਦਾ, ਬਿਲਕੁਲ ਟਾਇਟ ਆਰਡਰ ਤੁਸੀਂ ਦੇ ਸਕਦੇ ਹੋ। ਟਾਇਟ ਆਰਡਰ ਨਾਲ ਸਟੈਟਸ ਵੀ ਬਹੁਤ ਕੰਮ ਆਉਂਦੀ ਆ ਅਤੇ ਪਸ਼ੂ ਨੂੰ ਬੈਠਣ ਉੱਠਣ 'ਚ ਵੀ ਦਿੱਕਤ ਘੱਟ ਆਉਂਦੀ ਆ। ਜ਼ਿਆਦਾ ਵੱਡੇ ਆਰਡਰ ਦੇ ਨਾਲ ਵੀ ਮਸਟੈਟਸ ਹੋਣ ਦਾ ਅਤੇ ਸੱਟ ਲੱਗਣ ਦਾ ਖਤਰਾ ਰਹਿੰਦਾ ਹੈਗਾ। ਆਰਡਰ ਤਾਂ ਕੰਪੈਕਟ ਹੀ ਹੋਣਾ ਚਾਹੀਦਾ, ਬਿਲਕੁਲ। ਥਣਾਂ 'ਚ ਵੀ ਵਿੱਥੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵਧੀਆ ਹੈਗੀ। ਇਹਦੇ ਅੱਗੇ ABS ਦਾ ਅਰਮੈਂਡਾ ਸੀਮਨ ਲੱਗਿਆ ਹੋਇਆ ਅੱਗੇ ਇਹਦੇ। ਹੁਣ ਆਪਾਂ ਵੀ ਵਰਲਡ ਵਾਈਡ ਦਾ ਸੀਮਨ ਬਾਰੇ ਸੋਚ ਰਹੇ ਹਾਂ। ਉਸਟਰਾ ਤਾਂ ਆਪਾਂ ਲੈ ਕੇ ਵੀ ਰੱਖ ਲਏ ਅਤੇ ਕੁਛ ਕੱਲ੍ਹ ਨੂੰ PDF ਮੇਲੇ 'ਤੇ ਜਾਵਾਂਗੇ, ਉੱਥੋਂ ਦੇਖਦੇ ਹਾਂ ਕੋਈ ਹੋਰ ਚੰਗੀ ਕੰਪਨੀ ਦਾ ਸੀਮਨ ਮਿਲ ਗਿਆ ਤਾਂ ਉਹ ਵੀ ਲੈ ਕੇ ਆਵਾਂਗੇ। ABS ਦੇ ਪਿਛਲੀ ਵਾਰ ਆਪਾਂ ਸੀਮਨ ਬਹੁਤ ਵਰਤ ਲਏ, ਇਸ ਵਾਰ ਵਰਲਡ ਵਾਈਡ ਦੇ ਵਰਤਾਂਗੇ। ਦੋਸਤੋ, ਕੱਲ੍ਹ ਜਦੋਂ ਵੀ ਸੀਮਨ ਕੋਈ ਵਰਤਣਾ ਪਹਿਲਾਂ ਆਪਾਂ ਜਿਹੜਾ ਆਪਾਂ ਸੀਮਨ ਦੀ ਆਪਣੀ ਗਾਂ ਗੀ ਜਿਹਦੇ ਆਪਾਂ ਸੀਮਨ ਵਰਤਣਾ ਉਹਦਾ ਸਾਇਰ, ਉਹਦੀ ਮਦਰ ਦਾ ਨੇਮ, ਉਹਦਾ ਮਟਰਨਲ ਗ੍ਰੈਂਡ ਸਾਇਰ ਵੀ, ਉਹਦੇ ਜਿਹੜੇ ਆਪਣੇ ਮਾਤਾ ਪਿਤਾ ਤੋਂ ਅੱਗੇ ਉਹਦੀਆਂ ਜਿਹੜੀਆਂ ਪਿਛਲੀਆਂ ਪਿੰਡੀਆਂ ਨਾਨਾ ਨੀ ਮਾਤਾ ਉਹਦੀ, ਉਹਦਾ ਆਪਾਂ ਸਾਰਾ ਚੈੱਕ ਕਰਨਾ ਰਿਕਾਰਡ ਵੀ ਇਹਦਾ ਕੀ ਨੇਮ ਆ, ਤਾਂ ਜੋ ਅੱਗੇ ਆਪਾਂ ਸੀਮਨ ਵਰਤਣਾ ਅਤੇ ਉਹਦਾ ਵੀ ਚੈੱਕ ਕਰਨਾ ਵੀ ਕਿਤੇ ਇਹਨਾਂ ਦਾ ਜਿਹੜਾ ਮਾਤਾ ਪਿਤਾ ਜਾਂ ਦਾਦਾ ਉਹ ਵੀ ਇੱਕ ਤਾਂ ਨਹੀਂ, ਜੇ ਉਹਨਾਂ ਦਾ ਉਸ 'ਚ ਕੋਈ ਬਲੱਡ ਰਲਦਾ ਗਾ ਤਾਂ ਉਹਦੇ ਨਾਲ ਇਨਬਰੀਡਿੰਗ ਹੋਣ ਦਾ ਡਰ ਰਹਿੰਦਾ। ਦੋਸਤੋ, ਜੇ ਆਪਾਂ ਐਂ ਸੋਚ ਕੇ ਵੀ ਆਪਾਂ ABS ਦੀ ਸੀਮਣ ਦੀ ਗਾਂ ਗੀ, ABS ਦੇ ਬੁੱਲ ਦੀ ਸੀਮਣ ਦੀ ਗਾਂ ਇਹ, ਅਤੇ ਆਪਾਂ ਜੇ ਵਰਲਡ ਵਾਈਡ ਦੇ ਭਰ ਦਾਂਗੇ ਸੀਮਣ ਵੀ, ਆਪਾਂ ਐਂ ਸੋਚ ਲੈਂਦੇ ਹਾਂ ਵੀ ਇਨਬਰੀਡਿੰਗ ਨਹੀਂ ਹੋਣੀ। ਪਰ ਕਈ ਵਾਰ ਕੰਪਨੀਆਂ ਤੋਂ ਚਲੋ ਅਲੱਗ ਅਲੱਗ ਹੁੰਦੀਆਂ, ਪਰ ਉਹਨਾਂ ਦਾ ਜਿਵੇਂ ਖਾਨਦਾਨ ਪਿੱਛੇ ਬੁੱਲ ਦਾ ਇੱਕ ਹੋ ਜਾਂਦਾ, ਤਾਂ ਜੋ ਆਪਾਂ ਪਿੱਛੇ ਵੀ ਆਪਾਂ ਨੂੰ ਬੁੱਲ ਦੇ ਖਾਨਦਾਨ ਚੈੱਕ ਕਰਨਾ ਚਾਹੀਦਾ ਤਾਂ ਜੋ ਇਨਬਰੀਡਿੰਗ ਤੋਂ ਬਚਿਆ ਜਾ ਸਕੇ। ਇਨਬਰੀਡਿੰਗ ਦੇ ਕਾਰਨ ਦੁੱਧ ਵੀ ਨਾਲ ਨਾਲ ਬਹੁਤ ਘੱਟਦਾ ਦੀ ਮਾਂ ਨਾਲੋਂ ਮੱਛੀ ਦਾ, ਅਤੇ ਦੁੱਧ ਦੇ ਘਟਣ ਦੇ ਨਾਲ ਨਾਲ ਬਾਕੀ ਇਮਿਊਨਿਟੀ ਵੀ ਡਾਊਨ ਹੁੰਦੀ ਹੈ, ਜਿਹਦੇ ਨਾਲ ਬਹੁਤ ਬਹੁਤ ਜ਼ਿਆਦਾ ਬਿਮਾਰੀਆਂ ਵੀ ਪੈਦਾ ਹੁੰਦੀਆਂ। ਤਾਂ ਆਪਾਂ ਜਦੋਂ ਵੀ ਕੋਈ ਸੀਮਨ ਚੂਜ਼ ਕਰਨਾ, ਆਪਾਂ ਆਪਣੇ ਕੋਲ ਸਾਰਾ ਰਿਕਾਰਡ ਹੋਣਾ ਚਾਹੀਦਾ ਜਿਹੜੇ ਸੀਮਨ ਦੇ ਗਾਂ ਦੇ ਵਰਤ ਰਹੇ ਹਾਂ, ਉਹ ਗਾਂ ਦਾ ਆਪਾਂ ਨੂੰ ਉਹਦੇ ਖਾਨਦਾਨ ਦਾ, ਉਹਦੇ ਸ਼ਹਿਰ ਦੇ ਖਾਨਦਾਨ ਦਾ ਰਿਕਾਰਡ ਆਪਾਂ ਨੂੰ ਪਤਾ ਹੋਣਾ ਚਾਹੀਦਾ, ਤਾਂ ਜੋ ਆਪਾਂ ਇਨਬਰੀਡਿੰਗ ਤੋਂ ਬਚ ਸਕੀਏ। ਬਾਕੀ ਸੀਮਨ ਆਪਾਂ ਜੇ ਆਪਣੀ ਗਾਂ 'ਚ ਮਿਲਕ ਥੋੜ੍ਹਾ ਆਪਣੀ ਗਾਂ 'ਚ, ਤਾਂ ਆਪਾਂ ਨੂੰ ਹਾਈ PTAM ਵਾਲਾ, ਜਿਹਦੀ ਪੇਰੇਨ ਟਰਾਂਸਮਿਟਿੰਗ ਅਬਿਲਿਟੀ ਹੁੰਦੀ ਹੈ ਮਿਲਕ ਦੀ, ਉਹ ਜ਼ਿਆਦਾ ਵਾਲੀ ਆਪਾਂ ਨੂੰ ਚਾਹੀਦਾ।
जे वो मिल्किंग की कैपेबिलिटी वो ट्रांसमिटिंग एबिलिटी मिल्किंग की ज़्यादा होगी तो वो मिल्क वाले जीन ज़्यादा आपकी बच्छी ट्रांसमिट करूगी। बाकी नाल नाल अपन फैट भी देखनी चाहिए है जो वरत रहे क्योंकि अपना दुध फैट नाल ही जाता ना कि अपना प्रोटीन आ जाता क्योंकि फॉरन चो अपने इंपोर्टेड बुल तो आते हूँ तो वैसे फिर भी बिच कंपनियां दे होना फैट चेक कर लग गए अगे फैट नहीं इन्नी फैट वाली नहीं प्रोटीन ज़्यादा होंगी तो फैट घट होंगी उन्होंने इंपोर्टेड बुलों की ता करके फैट डाउन पै जाती सी फिर औखा हो जाता सी। हुण आपां नाल नाल फैट भी चैक करनी ते एक दोस्तों प्रोडक्टिव लाइफ भी जो सीमन चूज करने हो वो चैक करा करो भी ज़्यादा प्रोडक्टिव लाइफ हो जिनी उन्नी आपां लंबा टाइम दुध मिलेगा क्योंकि आपां तां लंबा टाइम अपने कड़ा सलैक्टर हाउस आ भी गावां नूं मगरों आपां सलैक्टर हाउस च दे दांगे ते आपां प्रोडक्टिव लाइफ भी जरूर देखनी चाहीदी है। ते दोस्त एक गल जे किसी गां नूं मस्टैट्स ज़्यादा हुंदी आ ਤਾਂ ਆਪਾਂ ਉਹਦਾ ਜਦੋਂ ਜਿਹੜਾ ਅੱਗੇ ਸੀਮਨ ਵਰਤਣਾ ਉਹਦਾ ਆਪਾਂ ਸਮੈਟਿਕ ਸੈੱਲ ਸਕੋਰ ਦੇਖਣਾ ਜੇ ਗਾਂ ਦਾ ਜੇ ਉਹਦੇ ਸੀਮਨ ਦਾ ਸਮੈਟਿਕ ਸੈੱਲ ਸਕੋਰ 3 ਤੋਂ ਨੀਚੇ ਨੀਚੇ ਹੀ ਹੋਵੇ ਕਿਉਂਕਿ 3 ਤੋਂ ਉੱਪਰ ਤਾਂ ਜ਼ਿਆਦਾ ਹੋ ਜਾਂਦਾ ਤਾਂ ਫਿਰ ਮਸਟੈਟਸ ਦੇ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ ਤਾਂ ਉਹਦਾ ਸਮੈਟਿਕ ਸੈੱਲ ਸਕੋਰ ਆ ਉਹ ਆਪਾਂ ਦੇਖਣਾ ਵੀ ਘੱਟ ਹੋਵੇ ਤਾਂ ਜੋ ਉਹਨੂੰ ਮਸਟੈਟਸ ਨਾ ਹੋ ਸਕੇ ਜੇ ਸਮੈਟਿਕ ਸੈੱਲ ਸਕੋਰ ਜ਼ਿਆਦਾ ਆ ਤਾਂ ਜੇ ਮਾੜੀ ਮੋਟੀ ਆਪਾਂ ਜਦੋਂ ਵੀ ਕੋਈ ਅਣਗਹਿਲੀ ਆਪਾਂ ਤੋਂ ਵਰਤੀ ਗਈ ਤਾਂ ਗਾਂ ਨੂੰ ਜਲਦੀ ਮਸਟੈਟਸ ਹੋ ਜੂ ਜੇ ਆਪਣੀ ਗਾਂ ਨੂੰ ਜ਼ਿਆਦਾ ਮਸਟੈਟਸ ਹੁੰਦੀ ਹੈ ਤਾਂ ਆਪਾਂ ਲੋਅ ਸਮੈਟਿਕ ਸੈੱਲ ਸਕੋਰ ਵਾਲਾ ਬੁੱਲ ਹੀ ਵਰਤ ਗਏ ਹਮੇਸ਼ਾ। ਬਾਕੀ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਹਰ ਇੱਕ ਕੰਪਨੀਆਂ ਦੀ ਅਵੇਲੇਬਿਲਟੀ ਹੈਗੀ ਆ ਵੀ ਹਰ ਇੱਕ ਕੰਪਨੀਆਂ ਤੋਂ ਸੀਮਨ ਜੇ ਤੁਹਾਨੂੰ ਪਹੁੰਚ ਕਰ ਸਕਦੇ ਹੋ ਤੁਸੀਂ ਜਿਹਦੀ ਬੁੱਲ ਦੀ ਰਿਲਾਇਬਿਲਟੀ 99% ਹੋਵੇ 90 ਤੋਂ ਉੱਪਰ ਉੱਪਰ ਹੋਵੇ ਕੋਸ਼ਿਸ਼ ਉਹ ਕਰੋ ਵੀ ਜਿਹਦੀਆਂ ਪਹਿਲੀਆਂ ਹੀ 1000 ਤੋਂ ਉੱਪਰ ਵੱਛੀਆਂ ਆ ਚੁੱਕੀਆਂ ਹੁੰਦੀਆਂ ਜਿਵੇਂ ਕਿਸੇ ਕਿਸੇ ਦੀਆਂ 2000 3000 26000 16000 ਵੀ ਆਪਾਂ ਜ਼ਿਆਦਾ ਜਿਹਦੀਆਂ ਰਕਾ ਵੱਛੀਆਂ ਆ ਗਈਆਂ ਵੀ ਆਪਾਂ ਉਹੀ ਸੀਮਨ ਵਰਤ ਗਏ। ਜਿੰਨੀ ਜ਼ਿਆਦਾ ਰਿਲਾਇਬਿਲਟੀ ਹੋਊ ਉੰਨੀ ਡਾਟਾ ਐਕੂਰੇਟ ਹੋਈ ਜਾਂਦਾ ਇਹਨਾਂ ਦਾ ਜਿਹੜਾ ਡਾਟਾ ਸੀਮਨ ਦਾ ਦਿੱਤਾ ਹੁੰਦਾ ਜਿੰਨੀ ਰਿਲਾਇਬਿਲਟੀ ਜਿਵੇਂ 99% ਆ ਤਾਂ ਸਮਝ ਲਓ ਜਿਹੜਾ ਉਹਦਾ ਡਾਟਾ ਹੈਗਾ ਉਹ ਵੀ ਉਹਦੀਆਂ ਜਿੰਨੀਆਂ ਵੱਛੀਆਂ ਹੁੰਦੀਆਂ 99% ਆ ਵੀ ਜਿਹੜਾ ਡਾਟਾ ਦਿੱਤਾ ਹੋਇਆ ਇਸ ਡਾਟੇ ਦਾ ਮੈਚ ਕਰਦੀਆਂ ਹੁੰਦੀਆਂ। ਬਾਕੀ ਆਪਾਂ ਟੋਟਲ ਪਰਫੋਰਮੈਂਸ ਇੰਡੈਕਸ ਵੀ ਸੀਮਨ ਚੂਜ਼ ਕਰਨ ਵੇਲੇ ਦੇਖਣਾ ਚਾਹੀਦਾ। ਟੋਟਲ ਪਰਫੋਰਮੈਂਸ ਇੰਡੈਕਸ ਤਾਂ 2000 ਤੋਂ ਉੱਪਰ ਉੱਪਰ ਹੀ ਹੋਵੇ ਤਾਂ ਚੰਗਾ ਰਹਿੰਦਾ ਹੈਗਾ। ਬਾਕੀ ਆਪਾਂ ਨੂੰ ਜੇ ਆਪਣੇ ਗਾਂ ਦਾ ਲੂਜ਼ ਆਰਡਰ ਆ ਤਾਂ ਆਪਾਂ ਨੂੰ ਕੰਪੈਕਟ ਆਰਡਰ ਵਾਲੇ ਸੀਮਨ ਵਰਤਣੇ ਪੈਣਗੇ। ਜੇ ਮੰਨ ਲਓ ਉਹਦੀ ਆਪਣੀ ਲੱਤਾਂ ਕਮਜ਼ੋਰ ਆ ਤਾਂ ਆਪਾਂ ਨੂੰ ਜ਼ਿਆਦਾ ਹੈਲਦੀ ਲੱਤਾਂ ਵਾਲੇ, ਜੇ ਉਹਦੀ ਪਿੱਛੋਂ ਪਿੰਨ ਜਿਹਨੂੰ ਆਪਾਂ ਆਹ ਚੀਜ਼ ਹੁੰਦੀ ਹੈ ਜਿਹੜੀ ਕਿਸੇ ਗਾਂ ਦੀਆਂ ਉੱਪਰ ਨੂੰ ਉੱਠੀ ਵੀ ਹੁੰਦੀ ਆ ਕਿਸੇ ਦੀ ਢਲੀ ਵੀ ਹੁੰਦੀ ਆ ਤਾਂ ਉਹ ਆਪਾਂ ਜੇ ਕਿਸੇ ਦੀ ਜ਼ਿਆਦਾ ਉੱਪਰ ਨੂੰ ਆਪਾਂ ਜਮ੍ਹਾਂ ਸਿੱਧੀ ਕਰਨੀ ਆ ਤਾਂ ਆਪਾਂ ਅੱਗੇ ਸੀਮਨ ਉਹਦੇ ਲੋਅ ਪਿੰਨ ਵਾਲਾ ਲੋਅ ਪੈਨਸ ਲਿਖਿਆ ਹੁੰਦਾ ਆਪਾਂ ਲੋਅ ਪੈਨ ਵਾਲਾ ਸੀਮਨ ਵਰਤ ਸਕਦੇ ਹਾਂ ਤਾਂ ਉਹਦੀ ਜਿਹੜੀ ਆਹ ਗਈ ਉਹ ਰੀੜ੍ਹ ਦੀ ਹੱਡੀ ਸਿੱਧੀ ਹੋ ਜੂਗੀ ਕਿਉਂਕਿ ਹਾਈ ਪੈਨ 'ਚ ਪ੍ਰੋਬਲਮ ਆਉਂਦੀ ਆ ਵੀ ਕੱਲ੍ਹ ਨੂੰ ਜੇਰ ਦੀ ਸਮੱਸਿਆ ਬਹੁਤ ਆਉਂਦੀ ਆ ਗਾਵਾਂ 'ਚ ਜਿਹਦੀ ਹਾਈ ਪੈਨ ਆ ਪਿੱਛੋਂ ਆਹ ਚੀਜ਼ ਜ਼ਿਆਦਾ ਉੱਚੀ ਆ ਉਹਦੀ ਕਹਿੰਦੇ ਵੀ ਆਪਣੀ ਜੇਰ 'ਚ ਸਮੱਸਿਆ ਜ਼ਿਆਦਾ ਆਉਂਦੀ ਆ ਇਹ ਦੇਖਣ ਪਾਇਆ ਗਿਆ ਤਾਂ ਜੋ ਆਪਾਂ ਮੀਡੀਅਮ ਹੀ ਠੀਕ ਰਹਿੰਦੀ ਹੈ ਜਮ੍ਹਾਂ ਸਿੱਧੀ ਹੋਵੇ ਤਾਂ ਆਪਾਂ ਇਹ ਵੀ ਛੋਟੀਆਂ ਛੋਟੀਆਂ ਗੱਲਾਂ ਵੱਲ ਜੇ ਧਿਆਨ ਦੇਈ ਜਾਈਏ ਤਾਂ ਆਪਾਂ ਬਰੀਡਿੰਗ 'ਚ ਸਕਸੈਸਫੁੱਲ ਹੋ ਸਕਦੇ ਹਾਂ। ਬਾਕੀ ਦੋਸਤੋ ਹੁਣ ਤਾਂ ਆਪਣੇ ਕਿਰਾਂ ਪਸ਼ੂ ਬੰਨੇ ਵੇ ਹੁੰਦੇ ਆ ਆਪਾਂ ਨੂੰ ਕੰਮ ਕੀਤਿਆਂ ਨੂੰ ਹਜੇ 2.5 ਸਾਲ ਹੀ ਹੋਇਆ ਸ਼ੁਰੂ ਕੀਤੇ ਨੂੰ ਅਗਲੇ ਸਾਲ ਆਪਾਂ ਵੀ ਦੇਖਦੇ ਹਾਂ ਵੀ ਸ਼ੈੱਡ ਪਾਵਾਂਗੇ ਬਾਹਰ ਖੇਤ ਨਾਲੇ ਆਪਣੇ ਕੋਲ ਉਦੋਂ ਨੂੰ ਅੱਗੇ ਆਪਣੇ ਕੋਲ ਵੱਛੀਆਂ ਵੁੱਛੀਆਂ ਤਿਆਰ ਹੋ ਜਾਣਗੀਆਂ ਚੰਗੇ ਸੀਮਣਾਂ ਦੀਆਂ। ਇਹ ਕੰਮ ਆਪਾਂ ਨੂੰ ਇੱਕੇ ਦਮ ਨਹੀਂ ਦੋਸਤੋ ਵਧਾਉਣਾ ਚਾਹੀਦਾ ਇਹਨਾਂ ਨੂੰ ਆਪਾਂ ਸਟੈਪ ਬਾਏ ਕਰ ਸਕਦੇ ਹਾਂ ਜਿੰਨਾ ਕੁ ਆਪਣੇ ਕੋਲ ਘਰ ਥਾਂ ਗਾ ਕੇਰਾ ਆਪਾਂ ਉਹ ਤੋਂ ਸ਼ੁਰੂ ਕਰ ਦਈਏ ਨਾ ਕਿ ਵੱਡਾ ਜਿਹੜਾ ਸੈੱਡ ਪਾਲੀਏ ਲੂਣ ਲੈ ਕੇ ਥੋੜ੍ਹੇ ਥੋੜ੍ਹੇ ਆਪਾਂ ਪਸ਼ੂਆਂ ਤੋਂ ਆਪਾਂ ਗਾ ਮੱਛੀਆਂ ਜੋੜਦੇ ਜਾਣਾ ਚੰਗੀ ਬਰੀਡ 'ਤੇ ਕੰਮ ਕਰਨਾ ਇੱਕ ਦਿਨ ਆਪਣੇ ਕੋਲ ਚਲੋ ਵੀ ਉਹ ਜਿਹੇ ਪਸ਼ੂ ਹੋ ਜਾਣਗੇ ਵੀ ਆਪਾਂ ਸ਼ੈੱਡ ਵੀ ਪਾਉਣ ਦੇ ਕਾਬਲ ਹੋ ਜਾਵਾਂਗੇ।
ਇੱਕੇ ਦਮ ਨਹੀਂ ਵਧਾਉਣਾ ਆਪਾਂ ਕੰਮ ਨੂੰ ਇੱਕੇ ਦਮ, ਕਿਉਂਕਿ ਪਹਿਲੇ ਸਾਲ ਬਹੁਤ ਪ੍ਰੋਬਲਮ ਆਉਂਦੀ ਆ, ਪਹਿਲੇ 2 ਸਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ, ਬੰਦੇ ਦਾ ਉਦੋਂ ਕੰਮ ਛੱਡਣ ਨੂੰ ਵੀ ਮਨ ਕਰਿਆ ਹੁੰਦਾ। ਦੋਸਤੋ ਹੁਣ ਮੈਂ ਵੀਡੀਓ ਸਮਾਪਤ ਕਰਦਾ, ਕਿਤੇ ਆਪਾਂ ਸੀਮਨ 'ਤੇ ਵੀ ਤੁਹਾਨੂੰ ਐਤਕੀ ਦੱਸਾਂਗੇ ਵੀ ਆਪਾਂ ਕਿਹੜਾ ਸੀਮਨ ਵਰਤ ਰਹੇ ਹਾਂ, ਤੁਹਾਨੂੰ ਫਿਰ ਵੀਡੀਓ ਬਣਾ ਕੇ ਦੱਸਾਂਗੇ ਵੀ ਆਪਾਂ ਉਹ ਕਿਉਂ ਵਰਤਿਆ ਅਤੇ ਕਿਹੜਾ ਵਰਤ ਰਹੇ ਹਾਂ। ਬਾਕੀ ਦੋਸਤੋ ਤੁਸੀਂ ਦੱਸ ਦਿਓ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਕਿਹੜਾ ਸੀਮਨ ਤੁਸੀਂ ਇਸ ਵਾਰ ਵਰਤ ਰਹੇ ਹੋ ਵੀ ਸਾਨੂੰ ਦੱਸੋ, ਤਾਂ ਮੈਂ ਤੁਹਾਨੂੰ ਜ਼ਰੂਰ ਵੀਡੀਓ ਬਣਾਊਂਗਾ। ਤੁਸੀਂ ਮੈਨੂੰ ਕਮੈਂਟਾਂ 'ਚ ਦੱਸ ਦਿਓ ਤਾਂ ਆਪਾਂ ਅਗਲੀ ਵੀਡੀਓ 1-2 ਦਿਨਾਂ 'ਚ ਉਹਨਾਂ 'ਤੇ ਬਣਾ ਦਾਂਗੇ ਵੀ ਅਸੀਂ ਕਿਹੜਾ ਸੀਮਨ ਵਰਤ ਰਹੇ ਹਾਂ, ਤਾਂ ਜੋ ਆਪਣੇ ਬਈ ਸਾਰਿਆਂ ਨੂੰ ਪਤਾ ਲੱਗ ਸਕੇ। ਕਿਉਂਕਿ ਵਿੱਚ ਕਈ ਫਾਰਮਰ ਹੁੰਦੇ ਆ ਉਹ ਦੱਸਣਾ ਨਹੀਂ ਚਾਹੁੰਦੇ ਵੀ ਅਸੀਂ ਕਿਹੜਾ ਸੀਮਨ ਵਰਤਿਆ, ਪਰ ਦੋਸਤੋ ਜੇ ਆਪਾਂ ਨੂੰ ਕਿਸੇ ਦਾ ਭਲਾ ਹੁੰਦਾ ਤਾਂ ਆਪਾਂ ਕਰਾਂਗੇ ਜ਼ਰੂਰ। ਤਦ ਮੈਨੂੰ ਦੱਸਿਓ ਆਪਾਂ ਕਮੈਂਟਾਂ 'ਚ ਵੀ ਅਗਲੀ ਵੀਡੀਓ ਵੀ ਉੱਤੇ ਬਣਾਈਏ ਕਿ ਨਾ, ਜੇ ਜ਼ਿਆਦਾ ਲੋਕਾਂ ਨੇ ਕਿਹਾ ਵੀ ਬਣਾ ਦਿਉ ਤਾਂ ਆਪਾਂ ਜ਼ਰੂਰ ਬਣਾਵਾਂਗੇ। ਚਲੋ ਕੱਲ੍ਹ ਨੂੰ ਦੋਸਤੋ ਆਪਾਂ PDF ਮੇਲੇ 'ਤੇ ਵੀ ਜਾ ਰਹੇ ਹਾਂ, ਤੁਹਾਨੂੰ ਉੱਥੇ ਜਿੰਨੀ ਹੋ ਸਕਿਆ ਮੈਂ ਵੀਡੀਓ ਕਵਰ ਕਰਕੇ ਤੁਹਾਨੂੰ ਮੇਲੇ ਦਾ ਆਪਾਂ ਦਿਖਾਵਾਂਗੇ। ਨਾਲੇ ਇੱਕ ਦਿਨ ਵੀਡੀਓ ਆਪਾਂ ਸਾਰੇ ਸੀਮਨ 'ਤੇ ਵੀ ਬਣਾਵਾਂਗੇ ਵੀ ਆਪਾਂ ਸੀਮਨ ਕਿਵੇਂ ਚੂਜ਼ ਕਰਨਾ, ਬਿਲਕੁਲ ਪੰਜਾਬੀ 'ਚ ਵੀਡੀਓ ਬਣਾਵਾਂਗੇ, ਤੁਹਾਨੂੰ ਦੱਸਾਂਗੇ ਇਕੱਲੀ ਇਕੱਲੀ ਚੀਜ਼ ਵੀ ਆਪਾਂ ਸੀਮਨ 'ਚ ਕੀ ਕੁਛ ਦੇਖਣਾ, ਕੀ ਕੁਛ ਆਪਾਂ ਦੇਖ ਕੇ ਆਪਾਂ ਸੀਮਨ ਵਰਤਣਾ ਗਾ। ਬਾਕੀ ਸਾਰੇ ਹੀ ਦੋਸਤਾਂ ਦਾ ਵੀਡੀਓ ਦੇਖਣ ਲਈ ਧੰਨਵਾਦ, ਜ਼ਿਆਦਾ ਤੋਂ ਜ਼ਿਆਦਾ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ।